ਲਓ ਵੀ ਸਾਥੀ ਪਿਆਰਿਓ, ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਤੇ ਬਣੇ ਰਹੋ ਵੀਡੀਓ 'ਤੇ। ਅੱਜ ਤੁਹਾਨੂੰ ਲੈ ਕੇ ਚੱਲਾਂਗੇ ਰਾਂਚਣਾ। ਪਹੁੰਚ ਚੁੱਕੇ ਹਾਂ ਆਪਾਂ ਸੁਨਾਮ ITI ਚੌਂਕ, ਜਿੱਥੇ ਸਾਹਮਣੇ ਬੋਰਡ 'ਤੇ ਮੋਟਰਸਾਈਕਲ ਆਪਣਾ 60-70 ਦੀ ਸਪੀਡ 'ਤੇ ਰੋਡ ਦੇ ਉੱਪਰ ਬਹਿੰਗੀਆਂ ਪਾਉਂਦਾ ਜਾ ਰਿਹਾ ਹੈ ਅਤੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਨੂੰ ਅਤੇ ਆਪਣੇ ਚੈਨਲ ਜੱਗੀ ਮੋਟੋ ਵਲੋਗ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ। ਆਪਾਂ ਪਹੁੰਚੇ ਹਾਂ ਸੰਗਰੂਰ, ਸਾਹਮਣੇ ਬੋਰਡ ਵੱਖ ਵੱਖ ਪਿੰਡਾਂ ਦਾ ਅਤੇ ਤੁਸੀਂ ਦੇਖ ਰਹੇ ਹੋ ਚੌਂਕ। ਸੰਗਰੂਰ ਦੇ ਵਿੱਚ ਆਪਾਂ ਚੌਂਕ 'ਤੇ ਪਹੁੰਚ ਚੁੱਕੇ ਹਾਂ, ਜਿੱਥੇ ਸਰਕਾਰੀ ਹਸਪਤਾਲ ਕੁਝ ਨਜ਼ਦੀਕ ਹੈ। ਸਾਹਮਣੇ ਤੁਹਾਨੂੰ ਦਿਖਾਵਾਂਗੇ ਰੋਡ ਦੇ ਉੱਪਰ ਸਰਕਾਰੀ ਹਸਪਤਾਲ ਸੰਗਰੂਰ। ਤੁਸੀਂ ਸਾਹਮਣੇ ਦੇਖ ਰਹੇ ਹੋ, ਸੰਗਰੂਰ ਪਾਰ ਕਰਕੇ ਆਪਾਂ ਧੂਰੀ ਦੇ ਵੱਲ ਜਾ ਰਹੇ ਹਾਂ। ਸਾਹਮਣੇ ਜਹਾਜ਼ ਪੀਜ਼ਾ ਅਤੇ ਬਾਬਾ ਜੀ ਰਾਮਗਿਰੀ ਜੀ ਦੀ ਗੱਡੀ ਰੋਡਾਂ ਦੇ ਉੱਪਰ ਨਮੋ ਨਰੈਣ ਕਰਦੀ ਜਾ ਰਹੀ ਹੈ ਸਾਹਮਣੇ। ਅਤੇ ਆਪਾਂ ਜੱਗੀ ਮੋਟੋ ਵਲੋਗ ਚੈਨਲ ਵਾਲੇ ਬਾਬੇ ਦੀ ਗੱਡੀ ਦੇ ਮਾਂਗਰ ਸਲੂਟ ਮਾਰਦੇ ਜਾ ਰਹੇ ਹਾਂ। ਬਾਬਾ ਰਾਮਗਿਰੀ ਜੀ ਹਸਨਪੁਰ ਵਾਲੇ, ਬਣੇ ਰਹੋ ਵੀਡੀਓ 'ਤੇ। ਅਤੇ ਵੀਡੀਓ ਦੇ ਵਿੱਚ ਤਾਰਾ ਹਵੇਲੀ ਸਾਹਮਣੇ ਦੇਖ ਰਹੇ ਹੋ, ਰੋਡ ਦੇ ਧੂਰੀ ਦੇ ਨਜ਼ਦੀਕ ਤਾਰਾ ਹਵੇਲੀ ਬਹੁਤ ਹੀ ਸੁੰਦਰ। ਪਹੁੰਚ ਚੁੱਕੇ ਹਾਂ ਆਪਾਂ ਰਾਂਚਣਾ, ਜਿੱਥੇ ਕਹਿੰਦੇ ਪਿੰਡ ਦਾ ਤਾਂ ਪਾਥੀਆਂ 'ਤੇ ਪਤਾ ਚੱਲ ਜਾਂਦਾ। ਸਾਹਮਣੇ ਪ੍ਰਾਚੀਨ ਮੰਦਿਰ ਮਾਤਾ ਸ਼੍ਰੀ ਜਵਾਲਾ ਜੀ, ਪਿੰਡ ਰਜਿੰਦਰਾਪੁਰੀ ਰਾਂਚਣਾ। ਤੋ ਇਹਦੇ ਇਤਿਹਾਸ ਬਾਰੇ ਵੀ ਤੁਹਾਨੂੰ ਦੱਸਾਂਗੇ। ਅਤੇ ਸਾਹਮਣੇ ਮੰਦਿਰ ਦੇ ਵਿੱਚ ਮਹਾਂ ਸਪਤਾਹ ਗਿਆਨ ਜੱਗ ਬਾਬਾ ਰਾਮਗਿਰੀ ਜੀ ਵੱਲੋਂ ਚੱਲ ਰਿਹਾ ਹੈ, ਜਿੱਥੇ ਹਰ ਰੋਜ਼ ਗਿਆਨ ਦੀ ਵਰਖਾ ਹੁੰਦੀ ਹੈ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਰਲ ਮਿਲ ਕੇ ਇਹ ਮਹਾਂ ਸਪਤਾਹ ਗਿਆਨ ਜੱਗ ਕਰਵਾਇਆ ਜਾ ਰਿਹਾ ਹੈ। ਸਾਹਮਣੇ ਤੁਸੀਂ ਦੇਖ ਰਹੇ ਹੋ ਮਾਤਾ ਜੀ ਦੇ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਆਪਾਂ। ਇਸ ਮੰਦਿਰ ਵਿੱਚ ਸਥਾਪਿਤ ਕਰਾਮਾਤੀ ਮੂਰਤੀ ਤਕਰੀਬਨ 200-250 ਸਾਲ ਪੁਰਾਣੀ ਹੈ। ਇਹ ਮਾਤਾ ਜੀ ਮਹਾਰਾਜ ਸਾਡੇ ਪੜਦਾਦਾ ਸ੍ਰੀ ਗੋਠੂ ਰਾਮ ਜੀ ਦੇ ਸਮੇਂ ਜੈਪੁਰ ਤੋਂ ਬੋਲ ਕੇ ਆਏ ਸਨ ਕਿ ਅਸੀਂ ਪਿੰਡ ਰਾਂਚਣਾ ਰਿਆਸਤ ਪਟਿਆਲਾ ਦੇ ਭਗਤ ਗੋਠੂ ਰਾਮ ਜੀ ਪਾਸ ਜਾਣਾ ਹੈ ਤਾਂ ਜੈਪੁਰ ਦੀ ਮੂਰਤੀ ਕਰ ਇਸ ਮਾਤਾ ਜੀ ਦੀ ਮੂਰਤੀ ਨੂੰ ਰੱਥ ਉੱਪਰ ਪੁੱਛਦੇ ਜਿਸ ਪਿੰਡ ਵਿੱਚ ਪਹੁੰਚੇ ਅਤੇ ਉਹਨਾਂ ਦੇ ਭਗਤ ਗੋਠੂ ਰਾਮ ਜੀ ਨੂੰ ਕਿਹਾ ਕਿ ਅਸੀਂ ਮਾਤਾ ਜੀ ਦੀ ਦੇ ਹੁਕਮ ਨਾਲ ਤੁਹਾਡੇ ਪਾਸ ਮਾਤਾ ਜੀ ਦੀ ਮੂਰਤੀ ਲੈ ਕੇ ਆਏ ਹਾਂ। ਭਗਤ ਜੀ ਨੇ ਮੂਰਤੀਆਂ ਦੀ ਕੀਮਤ ਬਾਰੇ ਪੁੱਛਿਆ ਤਾਂ ਮੂਰਤੀਕਾਰਾਂ ਨੇ ਭਗਤ ਗੋਠੂ ਰਾਮ ਜੀ ਤੋਂ 5 ਬੀਹਾਂ ਮੰਗਿਆ, ਪਰ ਭਗਤ ਜੀ ਮੂਰਤੀਕਾਰਾਂ ਨੂੰ 4 ਬੀਹਾਂ ਦੇ ਰਹੇ ਸਨ। ਮਾਤਾ ਜੀ ਦੀ ਮੂਰਤੀ ਦੀ ਕੀਮਤ ਨੂੰ ਲੈ ਕੇ ਦੋਨਾਂ ਧਿਰਾਂ ਦੀ ਆਪਸ ਵਿੱਚ ਬਹਿਸ ਹੋ ਗਈ ਤਾਂ ਜੈਪੁਰ ਵਾਲੇ 5 ਬੀਹਾਂ ਮੰਗਦੇ ਸਨ ਅਤੇ ਭਗਤ ਜੀ ਗੋਠੂ ਰਾਮ ਜੀ 4 ਬੀਹਾਂ ਦੇ ਰਹੇ ਸਨ। ਅਤੇ ਸਾਹਮਣੇ ਤੁਸੀਂ ਪਹਿਲਾਂ ਮਾਂ ਸਪਤਾਹ ਗਿਆਨ ਜੱਗ ਦੀ ਕਥਾ ਸੁਣੋ ਅਤੇ ਉਦੋਂ ਬਾਅਦ ਇਹ ਜੋ ਵੀ ਇਸ ਦੀ ਇਤਿਹਾਸਕ ਹੈ ਉਦੋਂ ਗਾਹਾਂ ਆਪਾਂ ਤੁਹਾਨੂੰ ਦੱਸਾਂਗੇ।
बने रहो अपनी वीडियो ते ते वीडियो नू लाइक शेयर करो अते चैनल नू सब्सक्राइब करो। समूह नगर निवासी ब्राह्मण भाईचारा सारे ही धर्मां दे रल मिल के इस मंदिर दे विच महासप्ताह ज्ञान जग कराया है ते बाबा रामगिरी जी हसनपुर वालियां वल्लों महासप्ताह ज्ञान जग दी बरखा कीती जा रही है जो सारियां माता भैणां वल्लों रल मिल के इस महासप्ताह ज्ञान जग दे विच अज कृष्ण जी दे जन्म ते वधिया तुहानू वीडियो दिखावांगे। बने रहो वीडियो ते। ਜਦੋਂ ਦਾ ਮੈਂ ਦਾਤਾ ਤੇਰੇ ਚਰਨਾਂ 'ਚ ਬਹਿ ਗਿਆ ਜਦੋਂ ਦਾ ਮੈਂ ਦਾਤਾ ਤੇਰੇ ਸ਼ੁਕਰ ਗੁਜ਼ਾਰਾਂ ਤੇਰਾ ਸ਼ੁਕਰ ਗੁਜ਼ਾਰਾਂ ਸ਼ੁਕਰ ਗੁਜ਼ਾਰਾਂ ਤੇਰਾ ਸ਼ੁਕਰ ਬਲੀ ਦੇ ਮੰਗ ਮੰਗ ਲਈ ਭਗਵਾਨ ਜੀ ਨੇ ਸੋਚਿਆ ਵੀ ਮੰਗ ਤਾਂ ਗੁਰੂ ਤੋਂ ਗਲਤ ਮੰਗ ਲਈ ਪਰ ਮੈਂ ਜੀ ਮੰਗ ਸਹੀ ਬਣਾਉਂਗਾ। ਅਦਿਤੀ ਦੀ ਪ੍ਰਾਰਥਨਾ ਤੇ ਭਗਵਾਨ ਜੀ ਬਾਵਨ ਜੀ ਆ ਰਹੇ ਨੇ। ਬਾਵਨ ਭਗਵਾਨ ਜੀ ਛੋਟਾ ਜਿਹਾ ਸਰੂਪ ਹੈ ਬੜੇ ਸੁੰਦਰ ਦੇ ਬਾਵਨ ਜੀ ਆ ਰਹੇ ਨੇ ਕਸ਼ਿਪ ਰੂਪ ਦੇ ਆਸਰਾ ਦੇ ਵਿੱਚ ਕਸ਼ਿਪ ਪੁੱਤਰ ਬਣ ਕੇ ਬਾਵਨ ਭਗਵਾਨ ਜੀ ਆ ਰਹੇ ਨੇ। ਬਾਵਨ ਭਗਵਾਨ ਜੀ ਦਾ ਸਤਕਾਰ ਵਾਸਤੇ ਬਲੀ ਖੜਾ ਹੋ ਰਿਹਾ ਹੈ। ਗੁਰੂ ਨੇ ਰੋਕਿਆ ਪਰ ਬਲੀ ਨਾ ਮੰਨਿਆ ਕਿਉਂਕਿ ਜਿੱਥੇ ਭਗਵਾਨ ਦੀ ਜੋਤ ਜਗਦੀ ਹੈ ਉੱਥੇ ਹੋਰ ਕਿਸੇ ਦੀ ਨਹੀਂ ਦਿਖ ਸਕਦੀ। ਤਾਂ ਭਗਵਾਨ ਜੀ ਦੇ ਦਰਸ਼ਨ ਕਰਨ ਵਾਸਤੇ ਬਲੀ ਸਵਾਗਤ ਵਾਸਤੇ ਬਲੀ ਲੱਗੇ ਹੋਏ ਨੇ। ਭਗਵਾਨ ਦੀ ਸਤਿ ਕਰਦੇ ਨੇ ਸਤਿਵਦਮ ਸਤਿ ਜੈ ਜੈ ਸ੍ਰੀ ਰਾਮ ब्रह्मण विद्या तस्या देव
56 प्रकार के भोग लगने ने सो सब ने प्यार ते आग के लगाओ सो 56 प्रकार के भोग लगने ने कल ता सब ने पंछी देख के जानिया ने ए सोडे सोडे सारे सेम से पंछी लेके आ रहे हैं हैं कर पंछी द्वारका में जो पंछी से ले पंछी बच्चे ने सेम ने मिले आज तक
ਤਕਦੀਰ ਦੇ ਫੈਸਲੇ ਹੁੰਦੇ ਨੇ, ਅੱਜ ਕਿਸਮਤ ਦੇ ਫੈਸਲੇ ਹੁੰਦੇ ਨੇ ਕਿ ਭਗਵਾਨ ਜੀ ਸਾਨੂੰ ਕੀ ਲੈਣਾ ਚਾਹੁੰਦੇ ਨੇ, ਸਭ ਨੇ ਫੈਸਲੇ ਕਰਨੇ ਨੇ ਆਪਣੀ ਤਕਦੀਰ। ਰਾਧੇ ਰਾਧੇ ਗੋਵਿੰਦ ਗੋਵਿੰਦ ਰਾਧੇ ਰਾਧੇ ਗੋਵਿੰਦ ਗੋਵਿੰਦ ਰਾਧੇ ਹੋ ਰਾਧੇ ਤੇਰੀ ਆਰਤੀ ਗਾਓ, ਜੇ ਬਿਹਾਰੀ ਤੇਰੀ ਆਰਤੀ ਗਾਓ, ਹੇ ਗਿਰ ਭਰ ਤਾਰੀ ਤੇਰੀ ਆਰਤੀ ਗਾਓ, चार बीहां दे रहे सन अते मूर्ति दी कीमत नू लैके दोनों धिरां विच आपस विच बहस हो गई। जयपुर वाले पंज बीहां मंगदे सन अते भगत गोठू राम जी चार बीहां दे रहे सन। जयपुर दे मूर्तिकारां जदों रब नू रथ नू अगे लैके जाण लगे तां रथ टस तो मस ना होया। अखीर उन्हां दे चार बीहां ਲੈ ਕੇ ਮਾਤਾ ਜੀ ਦੀ ਮੂਰਤੀ ਭਗਤ ਜੀ ਨੂੰ ਸੌਂਪ ਦਿੱਤੀ ਤਾਂ ਭਗਤ ਜੀ ਨੇ ਮੂਰਤੀ ਦੀ ਸਥਾਪਨਾ ਤੋਂ ਪਹਿਲਾਂ ਇਹ ਕਿਹਾ ਸੀ ਕਿ ਮੈਂ ਮਾਤਾ ਜੀ ਨੂੰ ਬਲੀ ਦੇਵਾਂਗਾ ਤਾਂ ਸਾਰੇ ਪਿੰਡ ਦੇ ਲੋਕਾਂ ਤੋਂ ਜੋ ਜ਼ਿਆਦਾ ਗਿਣਤੀ ਵਿੱਚ ਬ੍ਰਾਹਮਣ ਸਨ ਉਸ ਵਿਰੁੱਧ ਹੋ ਗਏ। ਤਾਂ ਭਗਤ ਜੀ ਨੇ ਕਿਹਾ ਕਿ ਮੈਂ ਜਿਸ ਜੀਵ ਨਾਲ ਬਲੀ ਦੇਣਾ ਕਿਹਾ ਹੈ ਉਸੇ ਜੀਵ ਨਾਲ ਪੂਰੀ ਕਰਾਂਗਾ। ਤਾਂ ਉਹ ਹਵਨ ਕਰਦੇ ਹੋਏ ਆਪ ਜੀਵ ਕੱਟ ਕੇ ਮਾਤਾ ਜੀ ਨੂੰ ਅਰਪਣ ਕਰ ਦਿੱਤੀ। ਤਾਂ ਮਾਤਾ ਜੀ ਨੇ ਇੱਕ ਕੰਜਕ ਵਿੱਚ ਪ੍ਰਗਟ ਹੋ ਕੇ ਭਗਤ ਜੀ 'ਤੇ ਕੜਾਹ ਪ੍ਰਸਾਦ ਦੀ ਜੀਭ ਲਾ ਦਿੱਤੀ ਅਤੇ ਅੱਗੇ ਨੂੰ ਅਜਿਹਾ ਕਰਨ ਨੂੰ ਨਹੀਂ ਕਿਹਾ। ਭਗਤ ਗੋਠੂ ਰਾਮ ਜੀ ਤੋਂ ਬਾਅਦ ਉਹਨਾਂ ਦੇ ਲੜਕੇ ਸ਼੍ਰੀ ਰਾਮ ਦਿਆਲ ਜੀ ਨੇ ਮੰਦਰ ਦੀ ਸੇਵਾ ਸੰਭਾਲ ਕੀਤੀ। ਸ਼੍ਰੀ ਰਾਮ ਦਿਆਲ ਜੀ ਅਖੰਡ ਬ੍ਰਹਮਚਾਰੀ ਸਨ ਅਤੇ ਉਹਨਾਂ ਹੀ ਉਹ ਉੱਚ ਕੋਟੀ ਦੇ ਵੈਦ ਸਨ ਅਤੇ ਜੋ ਆਪਣੀ ਪਟਿਆਲਾ ਰਿਆਸਤ ਦੇ ਵੈਦਾਂ ਦੇ ਪ੍ਰਧਾਨ ਸਨ। ਉਹ ਮਾਤਾ ਜੀ ਦੀ ਭਗਤੀ ਵਿੱਚ ਮਸਤ ਰਹਿੰਦੇ ਸਨ ਅਤੇ ਲੋਕਾਂ ਉਹਨਾਂ ਵਿੱਚ ਪੂਰੀ ਵਿਸ਼ਵਾਸ ਕਰਦੇ ਸਨ। ਕਿਹਾ ਜਾਂਦਾ ਹੈ ਕਿ ਮਾਤਾ ਜੀ ਮਹਾਰਾਜ ਉਹਨਾਂ ਉੱਪਰ ਪੂਰੇ ਖੁਸ਼ ਸਨ। ਪਰ ਕੁਝ ਸਮੇਂ ਬਾਅਦ ਸਾਰਾ ਪਿੰਡ ਗਰਕ ਹੋ ਗਿਆ ਪਰ ਮੰਦਰ ਉਸੇ ਤਰ੍ਹਾਂ ਖੜ੍ਹਾ ਰਿਹਾ। ਤਾਂ ਪਿੰਡ ਦੇ ਅੱਧੇ ਲੋਕ ਪਸੌੜ ਪਿੰਡ ਚਲੇ ਗਏ ਅਤੇ ਅੱਧੇ ਮੌਜੂਦਾ ਸਥਾਨ 'ਤੇ ਰਹਿ ਰਹੇ ਸਨ। ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬੋਲੋ ਨਮੋ ਨਾਰਾਇਣ।